ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਰੋਜ਼ਾਨਾ ਟਾਈਮ 'ਚ ਤਸਵੀਰਾਂ ਲੁਧਿਆਣੇ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਟ੍ਰਿਪਲ ਮਰਡਰ ਨੂੰ ਲੈ ਕੇ ਮਾਮਲਾ ਸਾਹਮਣੇ ਆਇਆ ਦੱਸ ਦਈਏ ਕਿ ਉੱਥੇ ਹੀ ਜੁਆਇੰਟ ਕਮਿਸ਼ਨਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਘਰ ਦੇ ਵਿੱਚ ਤਿੰਨ ਕਤਲ ਹੋ ਚੁੱਕੇ ਨੇ ਤੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚੀ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਵੇਰੇ ਘਰ ਦੇ ਵਿੱਚ ਦੁੱਧ ਪਾਉਣ ਵਾਲਾ ਦੋਜੀ ਆਇਆ ਸੀ ਤੇ ਜਿਸ ਤੋਂ ਬਾਅਦ ਉਹਨੇ ਲਗਾਤਾਰ ਦਰਵਾਜ਼ਾ ਖੜਕਾਇਆ ਪਰੰਤੂ ਜਿਹੜਾ ਦਰਵਾਜ਼ਾ ਨਹੀਂ ਖੋਲਿਆ ਤੇ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਬੜੀ ਕੋਸ਼ਿਸ਼ ਕੀਤੀ ਹੈ ਕਿ ਦਰਵਾਜ਼ਾ ਖੋਲਿਆ ਜਾਵੇ ਪਰੰਤੂ ਨਹੀਂ ਤੇ ਜਿਸ ਤੋਂ ਬਾਅਦ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਲੱਗਿਆ ਕਿ ਇੱਕ ਘਰ ਦੇ ਵਿੱਚ ਤਿੰਨ ਕਤਲ ਹੋਏ ਆ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਈ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਪੜਤਾਲ ਕੀਤੀ ਜਾ ਰਹੀ ਹੈ ਤੇ ਲਗਾਤਾਰ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਮਾਮਲਾ ਕੀ ਤੁਹਾਡੇ ਸਾਹਮਣੇ ਆਇਆ ਧਿਆਨ ਚ ਕਿਉਂਕਿ ਟ੍ਰਿਪਲ ਮਰਡਰ ਦੀ ਗੱਲ ਆ ਰਹੀ ਹੈ ਸਾਨੂੰ ਖਬਰ ਮਿਲੀ ਸੀ ਕਿ ਜਿਹੜਾ ਲੁਧਿਆਣਾ ਸਿਟੀ ਦੇ ਵਿੱਚ ਸਲੀਮ ਟਾਵਰੀ ਏਰੀਆ ਹੈ ਉਹਦੇ ਵਿੱਚ ਨਿਊ ਜਨਕਪੁਰੀ ਦੇ ਵਿੱਚ ਇੱਕ ਘਰ ਦੇ ਵਿਚਕਾਰ ਤਿੰਨ ਡੈਡ ਬੋਡੀਜ਼ ਪੜੀ ਹੋਈ ਹੈ ਤੋ ਇਮੀਡੀਏਟਲੀ ਪੁਲਿਸ ਨੇ ਰਿਸਪੋਂਡ ਕਰਕੇ ਸਾਰੇ ਇੱਥੇ ਹੀ ਆਏ ਹੈ ਇਹ ਪਾਇਆ ਗਿਆ ਹੈ ਕਿ ਇੱਥੇ ਘਰ ਬੰਦ ਸੀਗਾ ਅਤੇ ਸੁਬਹ ਦੂਧ ਵਾਲੇ ਆਏ ਸੀਗੇ ਉਹਨੇ ਜਦ ਨੌਕ ਕੀਤਾ ਕਿਸੇ ਨੇ ਖੋਲਾ ਨਹੀਂ ਫਿਰ ਮੁਹੱਲੋ ਵਾਲੇ ਨੇ ਮਿਲ ਕੇ ਜਿਹੜਾ ਮੇਨ ਗੇਟ ਹੈ ਉਹਨੂੰ ਖੋਲਾ ਅਤੇ ਪਾਇਆ ਗਿਆ ਕਿ ਅੰਦਰ ਤਿੰਨ ਡੈਡ ਬੋਡੀਜ਼ ਪਈ ਹੈ ਜਿਹੜੇ ਤਿੰਨੋਂ ਬੰਦੇ ਹੈਗੇ ਉਹ ਤਿੰਨੋਂ ਸੀਨੀਅਰ ਸਿਟੀਜ਼ਨ ਹੈ ਤਿੰਨੋਂ ਦੀ ਉਮਰ 60 ਸਾਲ ਦੀ ਉੱਪਰ ਹੈ ਔਰ ਕੋਈ ਹੁਣ ਪ੍ਰਾਈਮਾ ਫੇਸੀ ਜਿਹੜਾ ਮੁੱਢਲੇ ਤੌਰ 'ਤੇ ਕੋਈ ਵੀ ਲੂਟ ਖੋਕ ਦੀ ਨਹੀਂ ਪਤਾ ਚੱਲ ਰਹੀ ਪਰ ਅਸੀਂ ਵੈਰੀਫਾਈ ਕਰ ਰਹੇ ਹਾਂ ਅਤੇ ਸਾਰਾ ਕੁਝ ਇਨਵੈਸਟੀਗੇਟ ਕਰਾਂਗੇ ਔਰ ਜਲਦੀ ਉਹਨੂੰ ਫੜਾਂਗੇ ਮੈਮ ਹੁਣ ਤੱਕ ਅਗਰ ਸੀਸੀਟੀਵੀ ਦੀ ਗੱਲ ਕਰੀਏ ਤਾਂ ਉਸਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਦੇਖੀਏ ਇਹ ਤਾਂ ਬਹੁਤ ਕਰਾਊਡਡ ਏਰੀਆ ਹੈ ਅਤੇ ਕਾਫੀ ਗਲੀ ਦੇ ਵਿਚਕਾਰ ਹੈਗਾ ਹੈ ਨਾ ਤਾਂ ਵੀ ਆਰ ਵੈਰੀਫਾਈਂਗ ਅਸੀਂ ਸਾਰੀ ਟੀਮ ਸਾਡੀ ਵੀ ਡਿਵਾਈਡ ਹੋ ਚੁੱਕੀ ਹੈ ਜਿਹੜੇ ਵੀ ਸੀਸੀਟੀਵੀ ਕੈਮਰਾਜ਼ ਵਗੈਰਾ ਜਾਂ ਅੰਨ ਕੋਈ ਵੀ ਕਿਸੇ ਨੇ ਕੁਝ ਵੀ ਐਸਾ ਦੇਖਿਆ ਹੋ ਜਿਹੜਾ ਨਾਰਮਲ ਤੋਂ ਬਾਹਰ ਹੋ ਉਹ ਸਾਰਾ ਕੁਝ ਸਾਡੀ ਟੀਮ ਅਸੀਂ ਵੈਰੀਫਾਈ ਆਲਰੇਡੀ ਕਰ ਰਹੇ ਹਾਂ ਅਸੀਂ ਮੈਮ ਪਰਿਵਾਰ ਕਿਹਾ ਜਾ ਰਿਹਾ ਕੁਝ ਬਾਹਰ ਵੀ ਹੈਗੇ ਇਹਨਾਂ ਦੇ ਮੈਂਬਰਸ ਚਾਰ ਬੇਟੇ ਕੋਈ ਲੱਗਦਾ ਆਸ਼ੰਕਾ ਕੋਈ ਜਿਤਾਈ ਜਾਵੇ ਕੋਈ ਪ੍ਰਾਪਰਟੀ ਇਹਨਾਂ ਦੇ ਰਿਲੇਟਿਵ ਹੀ ਦੱਸ ਰਹੇ ਹੈ ਕਿ ਇਹਨਾਂ ਦੇ ਜਿਹੜੇ ਚਾਰ ਬੱਚੇ ਹੈਗੇ ਉਹ ਬਾਹਰ ਹੈ ਉਹ ਵਿਲਾਇਤ ਦੇ ਹੈਗੇ ਤੇ ਬਾਕੀ ਜਿਹੜੇ ਬੰਦੇ ਦੀ ਡੈਥ ਵੀ ਹੋਈ ਹੈ ਉਹਨਾਂ ਦੀ ਵੀ 70 ਪਲੱਸ ਉਮਰ ਹੈ ਉਹਨਾਂ ਦੀ ਵੀ ਹੈ ਨਾ ਅਤੇ ਉਹਨਾਂ ਦੀ ਵਾਈਫ ਅਤੇ ਉਹਨਾਂ ਦੀ ਮਾਂ ਦੀ ਡੈਥ ਹੋਈ ਹੈ ਜੀ ਮੈਮ ਤੇਜ਼ਧਾਰ ਹਥਿਆਰਾਂ ਨਾਲ ਬਾਤ ਕੀਤਾ ਗਿਆ ਜਾਂ ਇਹ ਸਾਰਾ ਹੁਣੇ ਕਹਿ ਜਾਣਾ ਮੁਸ਼ਕਿਲ ਹੈ ਜਿਹੜੀ ਵੀ ਸਾਡੀ ਫੋਰੈਂਸਿਕ ਟੀਮ ਹੈ ਅਤੇ ਬਾਕੀ ਇਨਵੈਸਟੀਗੇਟਿੰਗ ਕੀ ਜੇ ਸਪੈਸ਼ਲ ਯੂਨਿਟ ਹੈ ਉਹ ਸਾਰੇ ਦੇ ਆਰ ਕਮਿੰਗ ਸਮ ਆਫ ਦੇਮ ਆਰ ਆਲਰੇਡੀ ਹੇਅਰ ਅਤੇ ਉਹ ਸਾਰੇ ਜਿੰਨਾ ਵੀ ਬਾਹਰ ਜਾਂ ਅੰਦਰ ਜੋ ਵੀ ਸਾਨੂੰ ਐਵੀਡੈਂਸ ਮਿਲੇਗਾ ਅਸੀਂ ਉਹ ਫਿਰ ਇਨਫੋਰਮ ਕਰਾਂਗੇ ਮੈਡਮ ਕੋਈ ਸੀਸੀ ਕੈਮਰੇ ਦੀ ਜਾਂਚ ਚੱਲ ਰਹੀ ਵੀ ਕੋਈ ਆਇਆ ਗਿਆ ਹਾਂਜੀ ਅਸੀਂ ਉਹ ਸਾਰਾ ਦੇਖ ਰਹੇ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਇਹ ਬਹੁਤ ਕਰਾਊਡਡ ਏਰੀਆ ਹੈ ਅਤੇ ਕਾਫੀ ਬੰਦੇ ਮੌਜੂਦ ਹੈ ਆਸ ਪਾਸ ਤੁਸੀਂ ਵੀ ਦੇਖ ਸਕਦੇ ਹੋ ਅਤੇ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਕਿ ਜਹਾਂ ਕਿਸੇ ਕੇ ਵੀ ਐਸੇ ਕੋਈ ਸੀਸੀ ਟੀਵੀ ਕੈਮਰਾ ਹੋ ਜਾਂ ਕੁਛ ਹੋ ਉਹ ਸਾਰੀ ਟੀਮੇ ਸਾਰੀ ਡਿਵਾਈਡ ਹੋ ਕੇ ਦੇ ਆਰ ਡੂਇੰਗ ਇਟ ਮੈਡਮ ਇਹਦੇ ਵਿੱਚ ਲੇਡੀਜ਼ ਕਿੰਨੇ ਤੇ ਬੰਦੇ ਕਿੰਨੇ ਜੀ ਇਹਦੇ ਵਿੱਚ ਜਿਨ੍ਹਾਂ ਦੀ ਡੈਥ ਹੋਈ ਹੈ ਤਿੰਨੋਂ ਸੀਨੀਅਰ ਸਿਟੀਜ਼ਨ ਹੈ ਦੋ ਲੇਡੀਜ਼ ਹੈ ਅਤੇ ਇੱਕ ਉਹ ਹੈ ਮੈਨ ਹੈ ਇਨ ਤਿੰਨੋਂ ਦੀ ਉਮਰ ਅਰਾਊਂਡ 65 ਤੇ ਉੱਪਰ ਹੈ ਜਿਹੜੇ ਕਹਿ ਰਹੇ ਜੇ ਹੁਣੇ ਦੱਸ ਰਹੇ 70 ਤੇ ਉੱਪਰ ਜਿਸ ਆਦਮੀ ਦੀ ਡੈਥ ਹੋਈ ਹੈ ਉਹਦੀ ਵਾਈਫ ਦੀ ਅਰਾਊਂਡ 66 ਦੇ ਅਰਾਊਂਡ ਤੇ ਮਾਂ ਹੈ ਉਨਕੀ ਥੈਂਕ ਯੂ ਜਿਹੜੇ ਸੀ ਜੀ ਤਿੰਨ ਜਣੇ ਕਿਹੜੇ ਕਿਹੜੇ ਫੈਮਿਲੀ ਦੇ ਮੈਂਬਰ ਇੱਕ ਮਾਤਾ ਜੀ ਸੀ ਇੱਕ ਉਹਨਾਂ ਦੇ ਨੌ ਪੁੱਤਰ ਸੀ ਨੌ ਪੁੱਤਰ ਜੀ ਇੱਕ ਮਾਤਾ ਜੀ ਪਤਾ ਲੱਗਿਆ ਕਾਰਨ ਦਾ ਕਾਰਨ ਦਾ ਤਾਂ ਹਜੇ ਕੁਛ ਨਹੀਂ ਪਤਾ ਲੱਗਿਆ ਜੀ ਬਸ ਸਵੇਰੇ ਦੋਤਾ ਲਾਇਆ ਉਹਨਾਂ ਨੇ ਆ ਕੇ ਦੇਖਿਆ ਜਦੋਂ ਦੇਖਿਆ ਕਿ ਗੇਟ ਨਹੀਂ ਖੁੱਲਿਆ ਕੱਲ੍ਹ ਵੀ ਉਹ ਆਏ ਚਲੇ ਗਏ ਕੰਮ ਵਾਲੀ ਆਈ ਉਹ ਵੀ ਚਲੀ ਗਈ ਅੱਜ ਸਵੇਰੇ ਉਹਨਾਂ ਨੇ ਫਿਰ ਦੂਸਰੇ ਘਰ ਨੂੰ ਗੇਟ ਖੜਕਾਇਆ ਕਿ ਉਹ ਬਾਹਰ ਨਹੀਂ ਨਿਕਲੇ ਦੁੱਧ ਨਹੀਂ ਪਵਾ ਰਹੇ ਪਤਾ ਨਹੀਂ ਕੀ ਗੱਲ ਹੈਗੀ ਆ ਜਦੋਂ ਦੇਖਿਆ ਤੇ ਉਹ ਅੰਦਰ ਆਂਡੀਆਂ ਗੁਆਂਢੀਆਂ ਨੇ ਦੇਖਿਆ ਤੇ ਉਹ ਅੰਦਰ ਕੋਈ ਆਵਾਜਾਈ ਵੀ ਨਹੀਂ ਨਜ਼ਰ ਆਈ ਕੋਈ ਵੀ ਨਹੀਂ ਉਹ ਤਾਂ ਗੇਟ ਬੰਦ ਸੀ ਬੰਦਾ ਇਹੀ ਸੋਚਦਾ ਕਿ ਕਿਤੇ ਬਾਹਰ ਗਏ ਹੋਣੇ ਭਗਵਾਨ ਦਾਸ ਕਲੋਨੀ ਹੈ ਜੀ ਸਲੀਮ ਟਾਵਰੀ ਹਾਂਜੀ ਸਲੀਮ ਟਾਵਰੀ